नमस्कार, पब्लिक एशिया न्यूज में आपका स्वागत है। हरपाल चीमा के बयान पर भड़के यूनियन के सदस्यों ने कहा, या तो बयान वापस लो नहीं तो हम घेराव करेंगे। पत्रकार वार्ता में बयान की घोर निंदा की गई। क्या कहा पत्रकार वार्ता में, सुनिए। ਜਿਹੜੀ ਅਨਸਟੈਂਡਿੰਗ ਟਾਈਲ ਲੱਗ ਰਹੀ ਹੈ ਪੰਜਾਬ, ਅਨਸਟੈਂਡਿੰਗ ਟਾਈਲ ਲੱਗ ਰਹੀ ਹੈ, ਜਿਹੜੀ ਆਪ ਪੋਲੀਟੀਕਲੀ ਅਪਰੋਚ ਦੇ ਨਾਲ ਲੱਗ ਰਹੀ ਹੈ, ਪਿੰਡਾਂ ਦੇ ਵਿੱਚ ਟੈਂਸ਼ਨ ਹੋ ਰਹੀ ਆ, ਡਿਵਾਈਡ ਹੋ ਰਹੀ ਆ ਆਏ ਦਿਨ, ਉਹ ਤੇ ਤੁਸੀਂ ਕਿੰਨਾ ਕੁ ਧਾਂਦਲੀ ਮੰਨਦੇ ਹੋ, ਕਿੰਨੇ ਕਰੋੜ ਰੁਪਏ ਤੇ ਤੁਹਾਨੂੰ ਮੋਸਟ ਮਾੜਾ ਮੋਟਾ ਆਈਡੀਆ ਹੁੰਦਾ ਕਿ ਇੰਨੇ ਕਰੋੜਾਂ ਦਾ ਘਪਲਾ ਹੋ ਰਿਹਾ, ਕਿਉਂਕਿ ਹਰ ਪਿੰਡ ਵਿੱਚ ਛੋਟੇ ਛੋਟੇ ਪਿੰਡ ਵਿੱਚ 2-2.5 ਲੱਖ ਰੁਪਇਆ ਜਿਹੜਾ ਹੁਣ ਗਲੀਆਂ ਦੀ ਪੱਕੀ ਕਰਨ ਦੇ ਲਈ, ਇੰਟਰਲੋਕ ਲੈਣ ਦੇ ਲਈ ਲੱਗ ਰਹੀ ਆ, ਆਮ ਹੀ ਆ ਰਹੇ ਛੋਟੇ ਛੋਟੇ ਪਿੰਡ 'ਚ ਕਸਬਿਆਂ ਵਿੱਚ। ਤੁਹਾਨੂੰ ਲੱਗਦਾ ਕਿ ਇਹਦੇ ਵਿੱਚ ਵੱਡੀ ਇੱਕ ਜਿਹੜੀ ਸਾਜਿਸ਼ ਆ, ਵੱਡੀ ਇੱਕ ਜਿਹੜੀ ਹੈਗੀ ਆ ਕੋਪਰੇਟ ਜਿਹੜੇ ਅਦਾਰੇ ਨੇ, ਵੱਡੇ ਬੰਦੇ ਨੇ, ਉਹ ਵੱਡਾ ਇੱਕ ਜਿਹੜਾ ਇਹਦੇ 'ਚ ਬਿਜ਼ਨਸ ਦੇ ਥਰੂ ਇੱਕ ਮੋਟੀ ਕਾਲੀ ਕਮਾਈ ਕਰ ਰਹੇ ਨੇ। ਵਿਰੋਧੀ ਦਲ ਦੇ ਨੇਤਾ ਆ ਵਿਧਾਇਕ ਜਿਨ੍ਹਾਂ ਨੇ ਇੱਕ ਬੜਾ ਹੀ ਨਿੰਦਣਯੋਗ ਬਿਆਨ ਦਿੱਤਾ ਵੀ ਇੰਟਰਲੋਕ ਟਾਇਲ ਦੇ ਵਿੱਚ ਇੱਕ ਮਾਫੀਆ ਪੈਦਾ ਹੋ ਚੁੱਕਾ ਆ, ਅਤੇ ਅਸੀਂ ਇਹ ਬਿਆਨ ਸੁਣ ਕੇ ਉਹਦੀ ਸੋਸ਼ਲ ਮੀਡੀਆ 'ਤੇ ਜੋ ਵਾਇਰਲ ਵੀਡੀਓ ਹੋਈ ਹੈ, ਪਰ ਸਾਡੇ ਸਮੁੱਚੀ ਇੰਡਸਟਰੀ ਦੇ ਘਿਰਦੇ ਵਿੰਦਰੇ ਗਏ ਨੇ, ਪਰ ਸਾਨੂੰ ਬਹੁਤ ਇਸ ਗੱਲ ਦਾ ਦੁੱਖ ਹੋਇਆ। ਅਸੀਂ ਕੀਮਾ ਸਾਹਿਬ ਨੂੰ ਇਹ ਗੱਲ ਕਹਿਣਾ ਚਾਹੁੰਦੇ ਹਾਂ ਵੀ ਇਹ ਜੋ ਤੁਸੀਂ ਬਿਆਨ ਦਿੱਤਾ ਆ ਬਿਨਾਂ ਸੋਚੇ ਸਮਝੇ, ਬਿਨਾਂ ਕਿ ਇਸ ਪ੍ਰੋਡਕਟ 'ਤੇ ਸਟੱਡੀ ਕੀਤੇ ਆ, ਤੁਸੀਂ ਬਿਆਨ ਦਿੱਤਾ ਆ, ਤੁਸੀਂ ਆਪਣਾ ਬਿਆਨ ਤੁਰੰਤ ਵਾਪਸ ਲਓ ਔਰ ਸਮੁੱਚੀ ਟਾਇਲ ਇੰਡਸਟਰੀ ਤੋਂ ਮਾਫ਼ੀ ਮੰਗੋ ਜਨਤਕ ਤੌਰ 'ਤੇ। ਅਗਰ ਤੁਸੀਂ ਇੱਥੇ ਮਾਫ਼ੀ ਜਨਤਕ ਤੌਰ 'ਤੇ ਨਹੀਂ ਮੰਗਦੇ ਤਾਂ ਅਸੀਂ ਤੁਹਾਨੂੰ ਇੱਕ ਹਫ਼ਤੇ ਦਾ ਟਾਈਮ ਦਿੰਦੇ ਹਾਂ, ਅਸੀਂ ਹਫ਼ਤੇ ਬਾਅਦ ਤੁਹਾਡੀ ਕੋਠੀ ਦਾ ਸਮੁੱਚੀ ਇੰਡਸਟਰੀ ਨਾਲ ਲੈ ਕੇ ਤੁਹਾਡੀ ਕੋਠੀ ਦਾ ਘਰਾਓ ਕਰਾਂਗੇ, ਕਿਉਂਕਿ ਤੁਹਾਡੇ ਬਿਆਨ ਦੇ ਨਾਲ ਸਾਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਔਰ ਸਾਡੇ ਹਿਰਦੇ ਬਲੁੰਦਰੇ ਗਏ ਨੇ, ਅਤੇ ਇਸ ਕਰਕੇ ਜਨਤਕ ਤੌਰ 'ਤੇ ਮਾਫ਼ੀ ਮੰਗੀ ਹੈ। ਸਰਕਾਰ ਨੂੰ ਕੋਈ ਸੁਝਾਅ ਦਿੰਦੇ, ਉਹਨਾਂ ਨੇ ਸਿਰਫ ਇੱਕ ਇੰਟਰਲੋਕ ਟਾਇਲ ਦਾ ਪ੍ਰੋਡਕਟ ਦਿਸ ਗਿਆ ਵੀ ਇਸ ਦੇ ਵਿੱਚ ਇੱਕ ਇੰਟਰਲੋਕ ਟਾਇਲ ਮਾਫੀਆ ਪੈਦਾ ਹੋ ਗਿਆ, ਅਤੇ ਮੈਂ ਚੀਮਾ ਸਾਹਿਬ ਨੇ ਗੱਲ ਕਹਿਣਾ ਚਾਹੁੰਦਾ ਕਿ ਸਾਡੇ ਨਾਲ ਜਿੰਨੇ ਬੰਦੇ ਬੈਠੇ ਨੇ ਅਤੇ ਸਾਡੇ ਸਾਰੇ ਟਾਇਲ ਇੰਡਸਟਰੀ ਦੇ ਬੰਦੇ ਬੈਠੇ ਨੇ, ਦੱਸੋ ਕਿਹੜਾ ਵਿੱਚ ਟਾਇਲ ਮਾਫੀਆ ਬੈਠਾ। ਸੋ ਇਹ ਸਾਡੀ ਭਰਾਵੋ, ਤੁਸੀਂ ਪ੍ਰੈਸ ਮੀਡੀਆ ਉਹਨਾਂ ਤੱਕ ਸਾਡੀ ਆਵਾਜ਼ ਪਹੁੰਚਾਈ ਜਾਵੇ ਅਤੇ ਇਸ ਚੀਜ਼ ਨੂੰ ਇੰਟਰਲੋਕ ਟਾਇਲ ਦੇ ਪ੍ਰੋਡਕਟ ਨੂੰ ਬਚਾਇਆ ਜਾਵੇ ਤਾਂ ਕਿ ਸਾਡਾ ਜੋ ਡਿਵੈਲਪਮੈਂਟ ਪੰਜਾਬ ਦੀ ਹੈ ਉਹ ਬਚੀ ਰਹੇ, ਨਹੀਂ ਤਾਂ ਤੁਹਾਨੂੰ ਪਤਾ ਜਦੋਂ ਮੋਟਰਸਾਈਕਲ 'ਤੇ ਕੱਚੇ ਰਾਹਾਂ 'ਤੇ ਜਾਂਦੇ ਹਾਂ ਅਤੇ ਮੂੰਹ ਸਿਰ ਇੱਕ ਹੋ ਜਾਂਦਾ, ਹੁਣ ਤੁਸੀਂ ਜਿੱਥੇ ਵੀ ਜਾਂਦੇ ਹੋ ਸਾਰੇ ਪਾਸੇ ਇੰਟਰਲੋਕ ਟਾਇਲ ਲੱਗੀ ਹੈ, ਸੜਕਾਂ ਪੱਕੀਆਂ ਨੇ। ਇਸ ਪ੍ਰੋਡਕਟ ਨੂੰ ਬਦਨਾਮ ਨਾ ਕੀਤਾ ਜਾਵੇ, ਮੈਂ ਚੀਮਾ ਸਾਹਿਬ ਨੂੰ ਵਾਰ ਵਾਰ ਕਹਿੰਦਾ ਉਸ ਚੀਜ਼ ਨੂੰ ਮਾਫ਼ੀ ਮੰਗਣ ਔਰ ਇਹ ਆਪਣੇ ਦਿੱਤਾ ਹੋਇਆ ਬਿਆਨ ਆਪਣਾ ਵਾਪਸ ਲੈਣ, ਨਹੀਂ ਤਾਂ ਸਾਡੀ ਟਾਇਲ ਇੰਡਸਟਰੀ 8 ਤਰੀਕ ਤੋਂ ਬਾਅਦ 8 ਦਿਨਾਂ ਦਾ ਅਸੀਂ ਐਸਟੀਮੇਟ ਦਿੰਦੇ ਹਾਂ ਕੋਠੀ ਦਾ ਘਰਾ ਕਰਾਂਗੇ। ਤੁਹਾਨੂੰ ਲੱਗਦਾ ਨਹੀਂ ਕਿ ਹਰਪਾਲ ਚੀਮਾ ਨੇ ਜਿਸ ਤਰੀਕੇ ਦਾ ਜਿਹੜਾ ਬਿਆਨ ਦਿੱਤਾ ਹੈ ਇਹ ਬਿਨਾਂ ਜਾਣੇ ਪਰਖੇ ਤੁਸੀਂ ਜਿਵੇਂ ਕਹਿ ਰਹੇ ਹੋ ਦਿੱਤਾ ਹੈ? ਜੀ ਜੀ। ਲੇਕਿਨ ਕੋਈ ਵਿੱਚ ਇਸ ਤਰ੍ਹਾਂ ਤਾਂ ਹੋ ਸਕਦਾ ਕਿ ਤੁਹਾਡੇ ਆਪਸ ਦੇ ਵਿੱਚ ਜਿਹੜਾ ਕੰਪੀਟੀਸ਼ਨ ਹੁੰਦਾ ਉਸ ਕੰਪੀਟੀਸ਼ਨ ਤੋਂ ਵੱਖਰਾ ਹੋ ਕੇ ਉਸਨੇ ਉਹਨਾਂ ਨੂੰ ਕੋਟ ਕਰ ਦਿੱਤਾ ਹੋਇਆ ਕਿ ਮੈਂ ਤੁਹਾਨੂੰ 5 ਰੁਪਏ 6 ਰੁਪਏ ਟਾਈਮ ਦੇ ਦਾਂਗਾ, ਇਸ ਲਈ ਉਹਨਾਂ ਨੇ ਉਹ ਗੱਲ ਕੀਤੀ ਹੈ? ਇਹ ਵੀ ਤਾਂ ਚੀਜ਼ ਹੋ ਸਕਦੀ ਹੈ ਨਾ। ਕੰਪੀਟੀਸ਼ਨ ਜਿੰਨਾ ਮਰਜ਼ੀ ਹੋਵੇ ਜੀ, 5 ਤੋਂ 6-7 ਤੱਕ ਟਾਇਰ ਕੋਈ ਵੀ ਫੈਕਟਰੀ ਵਾਲਾ ਨਹੀਂ ਦੇ ਸਕਦਾ, ਅਸੀਂ ਦਾਅਵੇ ਨਾਲ ਗੱਲ ਕਹਿ ਸਕਦੇ ਜੀ। ਨਹੀਂ, ਤੁਹਾਡਾ ਦਾਅਵਾ ਬਿਲਕੁਲ ਜਾਇਜ਼ ਹੈ, ਅਸੀਂ ਇਹ ਨਹੀਂ ਕਹਿ ਰਹੇ ਕਿ ਤੁਸੀਂ ਗਲਤ ਕਹਿ ਰਹੇ ਹੋ। ਪ੍ਰੋਡਕਟ ਬਣਾ ਰਹੇ ਹਾਂ ਜੀ ਸਰ, ਮਾਰਕੀਟ ਦੇ ਵਿੱਚ ਕੋਈ ਵੀ ਪ੍ਰੋਡਕਟ ਹੁੰਦਾ ਹੈ, ਕੋਈ ਵੀ ਚੀਜ਼ ਹੁੰਦੀ ਹੈ, ਉਹਦੇ 4 ਰੁਪਏ ਵਿੱਚ ਕੰਪੀਟੀਸ਼ਨ ਸਾਰਿਆਂ ਦਾ ਹੁੰਦਾ ਹੈ। ਉਹੀ ਚੀਜ਼ 100 ਰੁਪਏ ਦੀ ਵਿਕਰੀ, ਉਹੀ ਚੀਜ਼ 10 ਰੁਪਏ ਦੀ ਵੀ ਵਿਕਦੀ ਨਜ਼ਰ ਆਉਂਦੀ ਹੈ ਜੀ ਮਾਰਕੀਟ ਦੇ ਵਿੱਚ, ਭਾਵੇਂ ਕੁਆਲਿਟੀ 0 ਹੋਏ ਉਹ ਅਸੀਂ ਵੀ ਜਾਣਦੇ ਹਾਂ। ਲੇਕਿਨ ਇਹ ਵੀ ਤਾਂ ਹੋ ਸਕਦਾ ਨਾ ਕਿ ਉਹਨਾਂ ਨੇ ਕਿਸੇ ਨੇ ਉਹਨਾਂ ਦੇ ਆ ਕੇ ਗੱਲ ਦੱਸੀ ਹੋਏ
कि 70 रुपए मिल रही है, 6 रुपए मिल रही है, 5 रुपए मिल रही है, तब उन्होंने आके मीडिया के इस तरीके से बयानबाजी की। मैं यही गलत कह रहा डॉक्टर साहब ने जो स्टडी कर लेंगे, कन्फर्म कर लेंगे, किसी कोई रफ नहीं बिल ले लेंगे, किसी का बिल चेक कर लेंगे वाकई, क्योंकि प्रूफा तो बिना को बयान देना, तथा तो आधार से बिना बयान देना, निर्धारित बयान दे देना, वो कोई माने नहीं रखता। हाँ ठीक है, किसी ने तो कल फूक मारती होनी किसी वर्कर ने भी 7 रुपए की इंटरलॉक टाइल है जी, ठीक है, वो गल सुन के उन्होंने कई तल्ली कर दी जी। साहब के बयान में इस तरह भी देखा जा रहा है कि भाई गवर्नमेंट के जो ठेकेदार हैं जो ये काम कर रहे हैं वो सस्ती टाइम खरीदते हैं तो वड्डा बिल बना के सरकार को सोची देखी जा रही है बयान में। तुम्हें भी लगता कि जोड़ा प्रोडक्ट बना रहे हो एवरेज रेट से थोड़े को जो लोग खरीद रहे हैं जो ठेकेदार प्रोडक्ट बनाते हैं क्या गलत बिलिंग होंगी है जो उन्होंने को जो गल आई कि जी महंगे अगर जो स्टैंडर्ड दें सू जी 60 mm सू 12.5 तो घट नहीं पै सकते और जरा सरकारी रेट फिक्स है जी, कोई सरकार स्टैंडर्ड मंगती है, अगर जो सब स्टैंडर्ड बनावे सब तो थले चले गए तो वह है भी इंडिया ब्यूरो ऑफ इंडिया स्टैंडर्ड की एक थ्योरी है, रोज टायर टुटती रोज बनती है, असं 2030 तक इंडिया स्टैंडर्ड नहीं कर सकते जेकर स्टैंडर्ड नहीं बनावे जी। ₹16.85 जिले का वक्त रेट है जी, गुरदासपुर जिले का रेट हो रहा है जी, लुधियाने जिले का रेट हो रहा है जी, मानसा जिले का रेट हो रहा है जी, तो डीसी तय करता रेट। रंधावा साहब गल है भी एक ये एक बड़ी बेनजमिया की भी गल आई थी पिछले दिन सामने कि सरपंच या लोकल लीडर से जेड़े हलका लीडर जेड़े हलका इंचार्ज लागे हलका लीडर लागे उन्होंने अपने बंद सत्त पिंड देते कि फैक्टरी लाओ अच्छे असं ग्रांट देवे थोड़े तो परचेज करे ए थर्ड पार्टी ऑप्शन आ गई सी डायरेक्टली कंज्यूमर लै रहा उन्होंने अलग रेट पैंता है जी थर्ड पार्टी लै रही अलग पी एलीगेशन बिजनेस से लगे बिजनेस सारी इंडस्ट्री लगे कि थर्ड पार्टी के जी है कमोटी कमाई हो रही है और लोकल लीडर्स कमाई पहुंच रही है। बाकी जो कारोबार है किसी अपने सरपंच या MLA ने किसी अपने PA कहता जी या सरपंच ने फैक्ट्री ला दी, देखो असं कारोबार तो किसी रोक नहीं सकते घर को, वो कर सकता है पर साडा मतलब यह है कि जेडे अज सरकार बनी है MLA ने अपने एक बदन फैक्ट्री ला के देती तो साढ़े बंदे 12-12 साल के बैठे ने यह गल बिल्कुल ठीक है, यही गल सा पहुंचनी चाहिए है कि MLA ने फैक्ट्रियां ला लिया जी, हम सरपंच को पता भी 2 साल सरकार से रह ग्रांट होनी है, सरपंच ने अपनी फैक्ट्री ला ली, ये बारे अभी जा रहे BA से जेडे नवे बंदे आ गए कोई MLA का PA आ गया जा कोई होर MLA ने फैक्ट्री लाई आप नहीं खुद लाई किसी बंदे लगवा दी और एक डायरेक्शन दे दी भी तेरू 10 मिनट दिते ने 10 मिनट सरपंच ये गल कहते फलाने बंदे तो पहली रहनी है साढ़े बंदे वेले बैठे ने ताजा और रोचक खबरों के लिए यूं ही जुड़े रहें हमारे साथ और हाँ हमें सब्सक्राइब करना ना भूलें, नीचे दिए बेल आइकन को जरूर प्रेस करें।